ਜਿਹੜੀ ਰੈਲੀ ਕੱਢੀ ਜਾ ਰਹੀ ਹੈ ਕਿ ਕੀ ਕਹਿਣਾ ਚਾਹੋਗੇ? ਅੱਜ ਦੀ ਇਹ ਰੈਲੀ ਜਿਹੜੀ ਹੈ ਅਸਲ ਦੇ ਵਿੱਚ ਇਹ ਪਹਿਲਾ ਜਿਹੜਾ ਸੀਗਾ ਉਪਰਾਲਾ ਉਹ ਸੀ ਫਰੈਂਡਸ ਰਾਈਡਸ ਵਾਲਿਆਂ ਦਾ ਕਿ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤਾ ਸੀ। ਇਹਦਾ ਨਾਮ ਗਰੁੱਪ ਦਾ ਹੈਗਾ ਜੀ ਕਿੱਥੇ ਗਿਆ ਫਰੈਂਡਸ ਔਨ ਰਾਈਡ। ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸੀ ਕਿ ਅਸੀਂ ਤੁਹਾਡੇ ਏਰੀਏ ਦੇ ਵਿੱਚ ਆਉਣਾ ਚਾਹੁੰਦੇ ਹਾਂ, ਅਤੇ ਫਿਰ ਮੈਂ ਇਹ ਸਾਰੇ ਹਲਕੇ ਦਾ ਪਲੈਨ ਬਣਾਇਆ ਕਿ ਇੱਕ ਮੌਕਾ ਵੀ ਆ ਔਰ ਇੱਕ ਜ਼ਰੂਰਤ ਵੀ ਆ ਸਮੇਂ ਦੀ ਇਸ ਵੇਲੇ ਕਿ ਅਵੇਅਰਨੈਸ ਦੇ ਲਈ ਆਪਣੇ ਨੌਜਵਾਨਾਂ ਨੂੰ ਨਾਲ ਲੈ ਕੇ, ਕਿਉਂਕਿ ਇਹਨਾਂ ਦੇ ਰਾਹੀਂ ਗਿਆ ਹੋਇਆ ਮੈਸੇਜ ਜਿਹੜਾ ਆ ਉਹ ਇਫੈਕਟਿਵ ਜ਼ਿਆਦਾ ਹੁੰਦਾ ਜਦੋਂ ਨੌਜਵਾਨ ਆਪ ਤੁਰਦੇ ਆ ਜਿਸ ਕੰਮ ਵਾਸਤੇ, ਉਹ ਫਿਰ ਜ਼ਿਆਦਾ ਇਫੈਕਟਿਵ ਆ। ਇਸ ਕਰਕੇ ਇਸ ਡਰੱਗ ਅਵੇਅਰਨੈਸ ਰੈਲੀ ਦਾ ਜਿਹੜਾ ਆਯੋਜਨ ਕੀਤਾ ਜੀ। ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੇਰਾ ਸਾਰਿਆਂ ਨੂੰ, ਨਾਲ ਮੇਰੇ ਨੌਜਵਾਨ ਬੱਚਿਆਂ ਨੂੰ, ਵੀਰਾਂ ਨੂੰ, ਸਭ ਨੂੰ, ਪੂਰੇ ਹਲਕੇ ਨੂੰ ਨਹੀਂ ਪੂਰੇ ਪੰਜਾਬ ਵਾਸਤੇ ਇਹ ਮੈਸੇਜ ਆ ਕਿ ਹੁਣ ਇਹ ਸਮਾਂ ਆ ਕਿ ਅਸੀਂ ਸਾਰੇ ਘਰੋ ਘਰੀ, ਪਿੰਡੋ ਪਿੰਡ, ਪੰਚਾਇਤਾਂ, ਨਗਰ ਕੌਂਸਲ, ਜੋ ਵੀ ਹਰ ਇੱਕ ਇਨਸਾਨ ਜਿਹੜਾ ਉਹ ਡਰੱਗ ਪੰਜਾਬ ਨੂੰ ਡਰੱਗ ਫਰੀ ਕਰਨ ਦੇ ਵਿੱਚ ਆਪਣੀ ਪਾਰਟੀਸਪੇਸ਼ਨ ਜਿਹੜੀ ਆ ਉਹ ਸਰਗਰਮ ਭੂਮਿਕਾ ਨਿਭਾਵੇ। ਅਸੀਂ ਬੜੀਆਂ ਕੋਸ਼ਿਸ਼ਾਂ ਕਰਕੇ ਦੇਖ ਲਈਆਂ, ਪਰ ਜਿੰਨੀ ਦੇਰ, ਕਿਉਂਕਿ ਸਰਕਾਰ ਨੇ ਜਿਹੜੀਆਂ ਆਪਣੀਆਂ ਕੋਸ਼ਿਸ਼ਾਂ ਕਰਨੀਆਂ ਸੀ, ਤਕਰੀਬਨ 10,000 ਕੇਸ ਜਿਹੜੇ ਆ ਉਹ ਤਕਰੀਬਨ 10,000 ਮੁਲਜ਼ਮ ਹੁਣ ਤੱਕ ਫੜੇ ਜਾ ਚੁੱਕੇ ਆ ਔਰ ਨਾਲ ਦੀ ਨਾਲ ਤਕਰੀਬਨ 8-9,000 ਕੇਸ ਦਰਜ ਹੋ ਚੁੱਕੇ ਆ। 550 ਕਿਲੋ ਹੀਰੋਇਨ ਫੜੀ ਜਾ ਚੁੱਕੀ ਆ, 400 ਕਿਲੋ ਫੀਮ ਫੜੀ ਜਾ ਚੁੱਕੀ ਆ, ਬਹੁਤ ਕੁਛ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਉਹ ਨਸ਼ੇ ਦੀਆਂ ਗੋਲੀਆਂ ਫੜੀਆਂ ਜਾ ਚੁੱਕੀਆਂ। ਸਰਕਾਰ ਆਪਣੇ ਤੌਰ 'ਤੇ ਪੂਰੀ ਤਰ੍ਹਾਂ ਸਰਗਰਮੀ ਦੇ ਨਾਲ ਲੱਗੀ ਹੋਈ ਆ, ਪਰ ਜਿਹੜਾ ਲੋਕਾਂ ਦੀ ਸਪੋਰਟ ਆ, ਜਿਹੜੀ ਆਮ ਲੋਕਾਂ ਦੀ ਸਪੋਰਟ ਦੇ ਬਿਨਾਂ ਅਸੀਂ ਇਸ ਕੋੜ ਨੂੰ ਜਿਹੜੀ ਆ ਉਹ ਪੰਜਾਬ ਦੇ ਵਿੱਚੋਂ ਕੱਢ ਨਹੀਂ ਸਕਦੇ। ਜਿਹਦੇ ਵਾਸਤੇ ਅਵੇਅਰਨੈਸ ਬਹੁਤ ਜ਼ਰੂਰੀ ਆ, ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਆ, ਪਿੰਡ ਦੇ ਹਰ ਬਛਿੰਦੇ ਨੂੰ, ਸ਼ਹਿਰ ਦੇ ਹਰ ਬਛਿੰਦੇ ਨੂੰ, ਕਿ ਕੌਣ ਜਿਹੜੇ ਨੇ ਇਹ ਸਮਾਜ ਦੇ ਦੁਸ਼ਮਣ, ਸਾਡੇ ਬੱਚਿਆਂ ਦੇ ਦੁਸ਼ਮਣ, ਉਹ ਕੌਣ ਲੋਕ ਨੇ ਜਿਹੜੇ ਇਹਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਆ ਉਹਨਾਂ ਨੂੰ ਫੜਨ ਵਾਸਤੇ, ਔਰ ਜਿਹੜੇ ਬੱਚੇ ਇਸ ਵੇਲੇ ਇਸ ਕੋੜ ਦੇ ਗ੍ਰਿਫਤ ਦੇ ਵਿੱਚ ਆ ਚੁੱਕੇ ਆ ਉਹਨਾਂ ਦੇ ਇਲਾਜ ਵਾਸਤੇ, ਉਹਨਾਂ ਨੂੰ ਨਾਲ ਲੈ ਕੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਉਹਨਾਂ ਦਾ ਨਸ਼ਾ ਛਡਾਉਣ ਵਾਸਤੇ, ਔਰ ਜਿਹੜੇ ਸਮਾਜ ਦੇ ਦੁਸ਼ਮਣ ਨੇ ਉਹਨਾਂ ਨੂੰ ਫੰਡ ਫੜਾਉਣ ਵਾਸਤੇ ਹਰ ਇੱਕ ਇਨਸਾਨ ਆਪਣੀ ਜਿਹੜੀ ਉਹ ਸਰਗਰਮ ਭੂਮਿਕਾ ਨਿਭਾਵੇ, ਜਿਹੜੀ ਸਮੇਂ ਦੀ ਜ਼ਰੂਰਤ ਹੈ। ਔਰ ਇਹੀ ਮੇਰਾ ਸੰਦੇਸ਼ ਆ, ਇਹੀ ਸਰਕਾਰ ਦਾ ਸੰਦੇਸ਼ ਆ, ਇਹੀ ਸੰਦੇਸ਼ ਅੱਜ ਅਸੀਂ ਦੇਣ ਵਾਸਤੇ ਚੱਲੇ। ਅੰਕੜੇ ਜਿਹੜੇ ਤੁਸੀਂ ਗਣਾਏ ਆ, ਕੈਪਟਨ ਸਰਕਾਰ ਨੇ ਵੀ ਤੁਹਾਡੇ ਨਾਲੋਂ ਵੱਧ ਗਣਾਏ ਸੀ, ਬਾਦਲਾਂ ਦੀ 10 ਸਾਲ ਸਰਕਾਰ, ਉਹਨਾਂ ਨੇ ਵੀ ਅੰਕੜੇ ਬੜੇ ਦਿੱਤੇ ਸੀਗੇ, ਪਰ ਨਸ਼ਾ ਖਤਮ ਨਹੀਂ ਹੋਇਆ। ਜਿਹੜੇ ਤੁਹਾਡੇ ਅੰਕੜੇ ਵੀ ਆ ਰਹੇ ਨੇ, ਤੁਸੀਂ ਗਰਾਊਂਡ 'ਤੇ ਦੇਖਦੇ ਕਿ ਨਸ਼ੇ ਨੂੰ ਕੋਈ ਫਰਕ ਪਿਆ ਕਿ ਉਹੀ ਹਾਲਾਤ? ਨਹੀਂ, ਬਿਲਕੁਲ ਫਰਕ ਪਿਆ। ਦੇਖੋ, ਜਦੋਂ ਏਡੇ ਏਡੇ ਲੋਕ ਫੜੇ ਜਾਂਦੇ ਆ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਫੜੇ ਜਾਂਦੇ ਆ, ਇੱਕ ਨੈਟਵਰਕ ਟੁੱਟਾ, ਇੱਕ ਨੈਕਸਸ ਟੁੱਟ ਰਿਹਾ ਹੈ, ਉਹਦੇ ਨਾਲ ਫਰਕ ਵੀ ਪੈ ਰਿਹਾ ਔਰ ਲੋਕ ਆਪਣੇ ਤੌਰ 'ਤੇ ਵੀ ਅਵੇਅਰ ਹੋ ਰਹੇ ਆ, ਔਰ ਉਹ ਜਿਹੜੇ ਆਪਣੇ ਤੌਰ 'ਤੇ ਉੱਠਣਾ ਚਾਹੁੰਦੇ ਆ, ਜਿਨ੍ਹਾਂ ਨੂੰ ਸਾਡੀ ਸਪੋਰਟ ਦੀ ਜ਼ਰੂਰਤ ਆ, ਜਿਨ੍ਹਾਂ ਨੂੰ ਸਰਕਾਰ ਦੀ ਸਪੋਰਟ ਦੀ ਜ਼ਰੂਰਤ ਆ, ਜਿਨ੍ਹਾਂ ਨੂੰ ਪੁਲਿਸ ਦੇ ਭਰੋਸੇ ਦੀ ਜ਼ਰੂਰਤ ਆ, ਕਿ ਜਿਹੜੇ ਆਪਣੇ ਤੌਰ 'ਤੇ ਲੋਕ ਉੱਠ ਕੇ ਪਿੰਡੋ ਪਿੰਡੀ ਜਿਹੜੇ ਉਹ ਇਸ ਕੋਰਟ 'ਚੋਂ ਨਿਕਲਣਾ ਚਾਹੁੰਦੇ ਆ, ਇਹ ਅਵੇਅਰਨੈਸ ਉਹਦੇ ਵਾਸਤੇ ਆ। ਔਰ ਇੱਕ ਟਰੱਸਟ ਬਣਾਇਆ ਪੰਜਾਬ ਲੈਵਲ ਦਾ, ਡਰੱਗ ਫਰੀ ਪੰਜਾਬ ਦਾ, ਜਿਹਦੇ ਤਹਿਤ ਅਸੀਂ 8ਵੀਂ ਤੋਂ ਲੈ ਕੇ 8ਵੀਂ, 9ਵੀਂ, 10ਵੀਂ, 11ਵੀਂ, 12ਵੀਂ ਦੇ ਬੱਚਿਆਂ ਨੂੰ ਅਸੀਂ ਸਕੂਲੋਂ ਸਕੂਲ ਜਾ ਕੇ ਅਵੇਅਰ ਕਰਾਂਗੇ, ਉਹਨਾਂ ਨੂੰ ਇਹ ਲਿਟਰੇਚਰ ਵੰਡਾਂਗੇ, ਔਰ ਜਿਹਦੇ ਤਾਂ ਹੀ ਬੱਚਾ ਪਹਿਲਾਂ ਇਹ ਸਿੱਖ ਜਾਵੇ ਕਿ ਨਸ਼ੇ ਦੇ ਕੀ ਇਹਦੇ ਕੀ ਬਾਅਦ ਦੇ ਵਿੱਚ ਇਹਦੇ ਰਿਜ਼ਲਟ ਕੀ ਨਿਕਲਦੇ, ਇਹ ਕਿਉਂ ਨਹੀਂ ਲੈਣਾ ਚਾਹੀਦਾ ਔਰ ਇਹ ਸਮਾਜ ਵਾਸਤੇ ਬੁਰਾ ਕਿਹਾ। ਪਰ ਤੁਹਾਡੇ ਵਿਰੋਧੀ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ 10 ਮਹੀਨੇ 'ਚ ਕੀਤਾ ਕਤਰਿਆ MLA ਇੰਦਰਜੀਤ ਕੌਰ ਮਾਨ ਨੇ ਕੁਛ ਨਹੀਂ, ਸਿਰਫ ਜਲੰਧਰ ਦੀ ਚੋਣ ਇਲੈਕਸ਼ਨ ਨੂੰ ਦੇਖ ਕੇ ਇਹ ਡਰਾਮੇਬਾਜ਼ੀ ਹੋ ਰਹੀ ਹੈ। ਮੈਂ ਵਿਰੋਧੀਆਂ ਨੂੰ ਕੰਸਿਡਰ ਨਹੀਂ ਕਰਦੀ, ਜਿਨ੍ਹਾਂ ਲੋਕਾਂ ਨੂੰ ਲੋਕਾਂ ਨੇ ਆਪਣੇ ਵੱਲੋਂ ਮਾਈਨਸ ਕਰ ਦਿੱਤਾ, ਖਾਰਜ ਕਰ ਦਿੱਤਾ, ਅਸੀਂ ਉਹਦੇ 'ਤੇ ਆਪਣਾ ਸਮਾਂ ਕਿਉਂ ਲਾਈਏ? ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਵਿਰੋਧੀ ਕੀ ਕਹਿੰਦੇ। ਮੈਡਮ ਬਾਜੀ, ਪ੍ਰਸ਼ਾਸਨ ਨੂੰ ਅਲਰਟ ਕੀਤਾ ਜਾ, ਸਿਰਫ ਅਲਰਟ ਨਹੀਂ ਕੀਤਾ ਜਾਊਗਾ, ਤੁਹਾਡੀ ਸਭ ਦੀ ਸੇਵਾ ਦੇ ਵਿੱਚ ਇਹਨਾਂ ਨੂੰ ਨਵੇਂ ਸਿਰੇ ਤੋਂ ਹੁਣ ਫਿਰ ਤੋਂ ਅਸੀਂ ਇੱਕ ਪਲੈਨਿੰਗ ਕਰ ਰਹੇ ਹਾਂ, ਜਿਹਦੇ ਤਹਿਤ ਤੁਹਾਡੇ ਸਹਿਯੋਗ ਦੀ ਜ਼ਰੂਰਤ ਪੈਣੀ, ਪ੍ਰੈਸ ਦੇ ਸਹਿਯੋਗ ਦੀ ਲੋੜ ਪੈਣੀ, ਆਮ ਲੋਕਾਂ ਦੀ ਜ਼ਰੂਰਤ ਪੈਣੀ ਆ, ਪਿੰਡਾਂ ਦੀਆਂ ਪੰਚਾਇਤਾਂ ਦੀ ਜ਼ਰੂਰਤ ਪੈਣੀ, ਹਰ ਇੱਕ ਦੀ ਜ਼ਰੂਰਤ ਪੈਣੀ, ਔਰ ਇਹ ਜਿਹੜਾ ਜਿਹੜੀ ਪੁਲਿਸ ਆ ਉਹਨੂੰ ਜਿਹੜਾ ਵੀ ਅਸੀਂ ਕੋਈ ਫੋਨ ਕਰਦੇ ਜਾਂ ਤੁਸੀਂ ਕਰਦੇ ਉਹਦੇ 'ਤੇ ਐਕਸ਼ਨ ਲੈਣਾ ਹੀ ਪੈਣਾ। ਮੈਨੂੰ ਅੱਜ ਦਾ ਜੋਸ਼ ਦੇ ਕੇ ਲੱਗਦਾ ਕਿ ਮੈਂ ਜਿਹੜਾ ਮੋਟਿਵ ਲੈ ਕੇ ਚੱਲੀ ਹਾਂ, ਜਿਹੜਾ ਮੇਰਾ ਏਮ ਆ, ਅਸੀਂ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਨੌਜਵਾਨ ਬੱਚਿਆਂ ਨੂੰ ਨਾਲ ਲੈ ਕੇ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਇਸ ਕਰਕੇ ਕੀਤਾ, ਇਹ ਖਤਮ ਨਹੀਂ, ਇਹ ਨਹੀਂ ਕਿ ਰੈਲੀ ਕੱਢ ਦਿੱਤੀ ਗੱਲ ਖਤਮ ਹੋ ਗਈ। ਮੈਂ ਬਕਾਇਦਾ ਤੁਹਾਡੇ ਰਾਬਤੇ 'ਚ ਰਹੂੰਗੀ, ਪੁਲਿਸ ਨੂੰ ਜਿੱਥੇ ਜਿੱਥੇ ਤੁਹਾਨੂੰ ਪਰੇਸ਼ਾਨੀ ਆਊਗੀ ਪੁਲਿਸ ਨੂੰ ਬਕਾਇਦਾ ਅਲਰਟ ਰਹਿਣਾ ਪੈਣਾ। ਬਾਕੀ ਮੈਂ ਇੱਕ ਹੋਰ ਸਮਾਜ ਨੂੰ ਕਹਿਣਾ ਚਾਹੁੰਦੀ, ਇੱਕ ਸਮਾਜ ਵਾਸਤੇ ਮੇਰੀ ਇੱਕ ਹੋਰ, ਕਿ ਛੋਟੇ ਛੋਟੇ ਝਗੜੇ, ਜ਼ਮੀਨਾਂ ਜਾਇਦਾਦਾਂ ਦੇ ਝਗੜੇ, ਆਪਸੀ ਝਗੜੇ, ਇਹਨਾਂ ਝਗੜਿਆਂ ਦੇ ਵਿੱਚੋਂ ਇਹ ਝਗੜੇ ਜਿਹੜੇ ਆ ਨਾ, ਇਹ ਸਾਡੇ
ਇਹਨਾਂ ਇਹੋ ਜਿਹੀਆਂ ਮੂਵਮੈਂਟ ਜਿਹੜੀਆਂ ਅਸੀਂ ਨਸ਼ੇ ਦੇ ਖਿਲਾਫ ਪੁਲਿਸ ਨੂੰ ਲਾਉਣਾ ਹੁੰਦਾ ਜਾਂ ਕੋਈ ਹੋਰ ਇਹੋ ਜਿਹੀਆਂ ਬੈਡ ਐਲੀਮੈਂਟਸ ਦੀਆਂ ਮੂਵਮੈਂਟ ਹੁੰਦੀਆਂ ਉਹਨਾਂ ਦੇ ਵਿੱਚ ਲਾਉਣ ਦਾ ਕਰਕੇ ਪੁਲਿਸ ਸਾਰੀ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਸਰਗਰਮ ਰਹਿ ਕੇ ਆਪਣਾ ਟਾਈਮ ਲਾਉਂਦੀ ਆ ਔਰ ਜਿਹੜੇ ਮੇਨ ਮੁੱਦੇ ਹੁੰਦੇ ਉਹਨਾਂ ਦੇ ਉੱਤੇ ਸਾਡੀ ਵਾਰੀ ਨਹੀਂ ਆਉਂਦੀ। ਮੇਰੀ ਸਮਾਜ ਨੂੰ ਵੀ ਬੇਨਤੀ ਆ ਕਿ ਅਸੀਂ ਆਪਣੇ ਬੱਚੇ ਬਚਾ ਲਈਏ, ਅਸੀਂ ਆਪਣੇ ਪੰਜਾਬ ਦਾ ਫਿਊਚਰ ਬਚਾ ਲਈਏ। ਲੜਾਈਆਂ ਝਗੜੇ ਤਾਂ ਕਰਾਂਗੇ ਜੇ ਸਾਡੇ ਬੱਚੇ ਅੱਗੋਂ ਹੋਣਗੇ ਜਾਂ ਸਾਡਾ ਸਮਾਜ ਬਚੂਗਾ ਤਾਂ ਲੜਾਈਆਂ ਝਗੜੇ ਹੋਣਗੇ। ਵੀ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਪਿੱਛੇ ਰੱਖ ਕੇ ਪਹਿਲ ਦੇ ਆਧਾਰ 'ਤੇ ਅਸੀਂ ਇਹ ਡਰੱਗ ਨੂੰ ਪੰਜਾਬ ਨੂੰ ਦੇ ਵਿੱਚੋਂ ਬਾਹਰ ਕਰ ਦਈਏ।